ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦਾ ਨਾਮ ਬਹਿਬਲ ਕਲਾਂ ਗੋਲੀਕਾਂਡ ਵਿੱਚ ਘਸੀਟੇ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਵੱਲੋਂ ਬਣਾਈ SIT ਦੇ ਬਾਈਕਾਟ ਦਾ ਫੈਸਲਾ ਕੀਤਾ ਹੈ। ਅੱਜ ਚੰਡੀਗੜ੍ਹ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਇਸ ਪ੍ਰੈਸ ਕਾਨਫਰੰਸ ਵਿੱਚ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਿੰਦਰ ਸਿੰਘ ਗਰੇਵਾਲ ਅਤੇ ਦਲਜੀਤ ਸਿੰਘ ਚੀਮਾ ਮੌਜੂਦ ਰਹੇ। ਅਕਾਲੀ ਆਗੂਆਂ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਿਆਸੀ ਬਦਲਾਖੋਰੀ ਦੀ ਨੀਅਤ ਨਾਲ ਇਹ SIT ਬਣਾਈ ਗਈ ਹੈ। ਉਹਨਾਂ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਉਣ ਦੀ ਮੰਗ ਕੀਤੀ। ਪਹਿਲਾਂ ਅਸੀਂ 100% ਕੋਪਰੇਟ ਕੀਤਾ, ਹੁਣ 100% ਹੀ ਬਾਈਕਾਟ ਹੈ ਕਿ ਇਹ ਸਿੱਟ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਸਾਨੂੰ ਨਹੀਂ। ਤੁਸੀਂ ਅਸੀਂ ਜਿਹੜੇ ਗੱਲਾਂ ਕੀਤੀਆਂ ਤੁਸੀਂ ਇਸ ਦੇ 'ਚ ਕੋਈ ਕੁਐਸਚਨ ਕਰ ਕਹਿ ਲਓ ਕਿ ਤੁਹਾਡਾ ਕਿੰਤੂ ਹੈ, ਉਸ ਤੋਂ ਬਾਅਦ ਵਿਸ਼ਵਾਸ ਰਹਿ ਕੇ ਗਿਆ, ਫਿਰ ਕਿਉਂ ਅਸੀਂ ਕੋਪਰੇਟ ਕਰੀਏ? ਇਸ ਕਰਕੇ ਜੋ ਮਰਜ਼ੀ ਕਰ ਲੈਣ, ਜਦੋਂ ਉਹਨਾਂ ਨੇ ਇੱਕ ਤਰਫਾ ਕਰਨਾ ਅਸੀਂ ਉਹਦੇ ਵਾਸਤੇ ਤਿਆਰ ਹਾਂ।